ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਮਨਜੀਤ ਸਿੰਘ ਰਾਏ ਸੂਬਾ ਪ੍ਰਧਾਨ ਭਾਰਤੀ ਕਿਸਾਨ ਜੁਨ ਦੁਆਬਾ ਮੇਰੇ ਵੱਲੋਂ ਸਾਰੇ ਹੀ ਪੰਜਾਬ ਦੇ ਬਲਕਿ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਇਹ ਅਪੀਲ ਵੀ ਹੈ ਕਿ ਜਿਹੜਾ ਇਹ ਕਰੋਨਾ ਦੀ ਬਿਮਾਰੀ ਹੈ ਕੋਵਿਡ-19 ਦੀ ਇਹ ਤੋਂ ਜ਼ਿਆਦਾ ਤੋਂ ਜ਼ਿਆਦਾ ਪਰਹੇਜ਼ ਕੀਤਾ ਜਾਵੇ ਕਿਉਂਕਿ ਸਰਕਾਰਾਂ ਨੇ ਜੇ ਸਾਡੇ ਲਈ ਲਾਕਡਾਊਨ ਹਜੇ ਤੱਕ ਰੱਖ ਛੜਿਆ ਉਹਦਾ ਮਤਲਬ ਇਹ ਹੈ ਵੇ ਕਿਤੇ ਨਾ ਕਿਤੇ ਜਿਹੜੀ ਬਿਮਾਰੀ ਹੈ ਵਾਧਦੀ ਜਾ ਰਹੀ ਹੈ ਸੋ ਇਸ ਬਿਮਾਰੀ ਨੂੰ ਰੋਕਣ ਵਾਸਤੇ ਜਿਹੜੇ ਇਤਿਹਾਦ ਆ ਸਾਨੂੰ ਵਰਤਨੇ ਚਾਹੀਦੇ ਆ ਜਿਵੇਂ ਕਿ ਘਰਾਂ ਤੋਂ ਬਿਨਾ ਕੰਮ ਤੋਂ ਜ਼ਰੂਰੀ ਕੰਮ ਤੋਂ ਬਿਨਾ ਨਾ ਨਿਕਲੋ ਔਰ ਮੂੰਹ ਢਾਕੇ ਰੱਖੋ ਆਪਣੇ ਬੱਚਿਆਂ ਦਾ ਤੇ ਬਜ਼ੁਰਗਾਂ ਦਾ ਖਾਸ ਕਰ ਧਿਆਨ ਰੱਖੋ ਕਿਉਂਕਿ ਇਹ ਜਿਹੜੇ ਬਜ਼ੁਰਗਾਂ ਤੇ ਬੱਚਿਆਂ ਤੇ ਜ਼ਿਆਦਾ ਭਾਰੀ ਪੈਂਦੀ ਹੈ ਬਿਮਾਰੀ ਔਰ ਸੋ ਇਹ ਕਈ ਗੱਲਾਂ ਜਿਹੜੀਆਂ ਹੈਗੀਆਂ ਆ ਇਹਨਾਂ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਤੇ ਸਮਾਜਿਕ ਦੂਰੀ ਜਿਹੜੀ ਆ ਉਹ ਬਿਲਕੁਲ ਬਣਾ ਕੇ ਰੱਖਣੀ ਚਾਹੀਦੀ ਆ ਕਿਉਂਕਿ ਇਹ ਜਿਹੜੀ ਬਿਮਾਰੀ ਹੈ ਅਸੀਂ ਕਿਸੇ ਨੂੰ ਦੇ ਨਹੀਂ ਰਹੇ ਬਲਕਿ ਲੈ ਵੀ ਰਹੇ ਆ ਕਿਉਂਕਿ ਜੇਕਰ ਸਾਡੇ ਕੋਲ ਦੀ ਕੋਈ ਸੱਜਣ ਜਿਹੜਾ ਪੋਜ਼ਿਟਿਵ ਚਲਾ ਗਿਆ ਬਿਮਾਰੀ ਗਰਸ ਚਲਾ ਗਿਆ ਤੇ ਉਹ ਸਾਨੂੰ ਦੇ ਕੇ ਜਾਏਗਾ ਔਰ ਉਹ ਦੇ ਕੇ ਕੀ ਜਾਏਗਾ ਮੌਤ ਦਾ ਸਮਾਨ ਜਿਹੜੀ ਇਹ ਬਿਮਾਰੀ ਹੈ ਇਹ ਕਿਉਂਕਿ ਬੜੀ ਘਾਤਕ ਬਿਮਾਰੀ ਆ ਠੀਕ ਹੋ ਕੇ ਘਰ ਚਲਾ ਜਾਵੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਬੜੀ ਚੰਗੀ ਗੱਲ ਪਰ ਇਹ ਜਾਨਲੇਵਾ ਬਿਮਾਰੀ ਵੀ ਹੈ ਸੋ ਇਸ ਕਰਕੇ ਡਿਸਟੈਂਸ ਜਿਹੜਾ ਦੂਰੀ ਸਮਾਜਿਕ ਦੂਰੀ ਉਹਨੂੰ ਬਣਾ ਕੇ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਮੈਂ ਤੇ ਇਹ ਵੀ ਕਵਾਂਗਾ ਕਿ ਕਿਉਂਕਿ ਮੈਂ ਕਿਸਾਨ ਆ ਤੇ ਸਰਕਾਰਾਂ ਨੂੰ ਵੀ ਚਾਹੀਦਾ ਕਿਉਂਕਿ ਜ਼ਿਆਦਾਤਰ ਜਿਹੜੀ ਕਿਸਾਨ ਆ ਕਿਸਾਨਾਂ ਨੂੰ ਸਮਾਜਿਕ ਦੂਰੀ ਬਣਾਉਣੀ ਇਸ ਵੇਲੇ ਬੜੀ ਮੁਸ਼ਕਲ ਹੈ ਕਿਉਂਕਿ ਪਿੱਛੇ ਕਣਕ ਦਾ ਸੀਜ਼ਨ ਤੇ ਬੜਾ ਵਧੀਆ ਨਿਕਲ ਗਿਆ ਉਹ ਉੱਥੇ ਵੀ ਬੜਾ ਔਖਾ ਸੀ ਟਾਈਮ ਪਰ ਚਲੋ ਉਹਦੇ ਵਿੱਚ ਕੋਸ਼ਿਸ਼ ਕੀਤੀ ਕਿਸਾਨਾਂ ਨੇ ਵੀ ਕੀਤੀ ਸਰਕਾਰ ਨੇ ਵੀ ਕੀਤੀ ਔਰ ਜਿਹੜੇ ਆਰਟੀਅ ਸੱਜਣ ਸੀ ਉਹਨਾਂ ਨੇ ਵੀ ਕੀਤੀ ਪਰ ਮੈਂ ਹੁਣ ਵੀ ਕਵਾਂਗਾ ਵੀ ਸਰਕਾਰ ਨੂੰ ਚਾਹੀਦਾ ਜਿਵੇਂ ਹੁਣ ਕਈ ਕਿਸਾਨ ਹੈ ਉਹਨਾਂ ਦੀਆਂ ਸਬਜ਼ੀਆਂ ਉਹਨੇ ਬੜੀ ਮਿਹਨਤ ਨਾਲ ਪਾਲੀਆਂ ਹੋਈਆਂ ਇਹ ਕਰੋਨਾ ਦੀ ਬਿਮਾਰੀ ਕਰਕੇ ਉਹ ਜਿਹੜੀਆਂ ਸਬਜ਼ੀਆਂ ਦੇ ਪੂਰੇ ਭਾਅ ਨਹੀਂ ਮਿਲ ਰਹੇ ਤੇ ਕਿਸਾਨ ਤੇ ਪਹਿਲੇ ਹੀ ਦੱਬਿਆ ਕੁਚਲਿਆ ਹੈ ਪਹਿਲੇ ਹੀ ਕਰਜ਼ੇ ਦੀ ਮਾਰ ਥੱਲੇ ਆਇਆ ਹੋਇਆ ਤੇ ਸਰਕਾਰਾਂ ਨੂੰ ਇਦਾਂ ਦੇ ਸਮੇਂ ਦੇ ਵਿੱਚ ਕਿਸਾਨ ਦੀ ਵੀ ਹੈਲਪ ਕਰਨੀ ਚਾਹੀਦੀ ਜਿੱਥੇ ਗਰੀਬ ਪਰਿਵਾਰਾਂ ਦੀ ਹੈਲਪ ਕਰ ਰਹੀਆਂ ਸਰਕਾਰਾਂ ਤੇ ਉਥੇ ਕਿਸਾਨ ਦੀ ਹੈਲਪ ਵੀ ਕਰਨੀ ਚਾਹੀਦੀ ਹੈ ਫਾਈਨੈਂਸ਼ੀਅਲ ਤੌਰ ਤੇ ਵੀ ਔਰ ਹਰ ਇੱਕ ਤਰ੍ਹਾਂ ਉਹਨੂੰ ਜਿੱਦਾਂ ਵੀ ਮਤਲਬ ਹੈਲਪ ਕਰ ਸਕਦੇ ਆ ਉਹਨੂੰ ਹੈਲਪ ਕਰਨੀ ਚਾਹੀਦੀ ਆ ਇਹ ਜਿਹੜੀ ਕਰੋਨਾ ਦੀ ਬਿਮਾਰੀ ਦੇ ਵਿੱਚ ਜਿਹੜਾ ਕਿਸਾਨ ਆ ਉਹ ਵੀ ਕਿਤੇ ਨਾ ਕਿਤੇ ਅ ਇਸ ਮਾਰ ਦੇ ਵਿੱਚ ਨਾ ਆ ਜਾਵੇ ਔਰ ਜ਼ਿਆਦਾ ਨਾ ਪੀੜਿਆ ਜਾਵੇ ਸੋ ਮੈਂ ਇੰਨੀ ਹੀ ਅਪੀਲ ਕਰਦਾ ਕਿ ਸਾਰੇ ਹੀ ਜਿੰਨੇ ਵੀ ਮੇਰੇ ਪੰਜਾਬ ਦੇ ਨਾਗਰਿਕ ਆ ਮੇਰੇ ਕਿਸਾਨ ਵੀਰ ਆ ਸਾਰਿਆਂ ਨੂੰ ਹਦਾਇਤ ਹੈ ਕਿ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਿਆ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ